ਉਹ ਅੱਤਾ ਕਕੜ ਮਾਰਨ ਦਾ ਆਇਆ ਹੂੰ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਲੱਕੀ ਜੋ ਹਮੇਸ਼ਾ ਰਿਹਾ ਅਨਲੱਕੀ ਤੇ ਅੱਗੇ ਵੀ ਲੱਗਦਾ ਰਹੇਗਾ। ਔਰ ਰੱਬਾ ਅੱਜ ਮੈਨੂੰ ਸੱਚੋ ਸੱਚ ਦੱਸ ਦੇ ਉਹ ਮੇਰੇ ਦਿਨ ਕਦ ਬਦਲਨੇ ਆ। ਉਹ ਹੁਣ ਤਾਂ ਜੇਬ 'ਚ ਪੈਸੇ ਵੀ ਹੈ ਨਹੀਂ ਤੇ ਕੱਲ ਮਸਾਂ ਮਸਾਂ ਚਾਚਾ ਜੀ ਤੋਂ ਹੌਸਲਾ ਕਰਕੇ ਪੈਸੇ ਲੈਣ ਗਿਆ ਤੇ ਅਗਲੇ ਨੇ ਵੀ ਸਿੱਧਾ ਨਾ ਕਰ ਦਿੱਤੀ। ਉਹ ਭਲਾ ਮੈਂ ਤਾਂ ਸੋਚਿਆ ਸੀ ਕਿ ਚਾਚਾ ਜੀ ਆਪਣੇ ਆ, ਇਹ ਤਾਂ ਮੇਰੀ ਹੈਲਪ ਕਰ ਹੀ ਦੇਣਗੇ, ਪਰ ਉਹ ਤਾਂ ਸਿੱਧਾ ਹੀ ਕਰ ਗਏ। ਉਹ ਮੈਨੂੰ ਹੁਣ ਪਤਾ ਲੱਗ ਗਿਆ ਕਿ ਮੈਂ ਹੁਣ ਇਕੱਲਾ ਹੀ ਆ ਤੇ ਜਿਸ ਦੇ ਲੱਕੀ ਜੱਟ ਦੇ ਦਿਨ ਬਦਲ ਗਏ ਨਾ ਤੇ ਉਸ ਤੋਂ ਬਾਅਦ ਲੱਕੀ ਜੱਟ ਨੇ ਵੀ ਇੰਨੀ ਅਕੜ ਰੱਖਣੀ ਆ। ਉਹ ਏਦਾਂ ਕੌਣ ਯਾਰ ਸਿੱਧਾ ਨਾ ਕਰ ਸਕਦਾ ਆ, ਮੈਂ ਇੰਨੀ ਮੁਸ਼ਕਲ ਦੇ ਨਾਲ ਹੌਸਲਾ ਕਰਕੇ ਪੈਸੇ ਮੰਗਣ ਗਿਆ ਸੀ। ਉਹ ਖੈਰ ਛੱਡੋ, ਉਹ ਮੇਰੇ ਤਾਂ ਦਿਨ ਹੀ ਖਰਾਬ ਚੱਲ ਰਹੇ ਆ, ਪਰ ਮੇਰਾ ਤੇ ਮੰਨਿਆ ਦਿਨ ਖਰਾਬ ਚੱਲ ਰਹੇ ਆ, ਪਰ ਆਹ ਰਾਜ ਵੀ ਜਵਾਉਂਦਾ ਬਾਈ ਦੇ ਕਦੋਂ ਤੋਂ ਦਿਨ ਖਰਾਬ ਚੱਲਣ ਲੱਗ ਗਏ। ਉਹ ਮਤਲਬ ਕਿ ਉਹਨਾਂ ਨੇ ਵੀ ਦਿਲ ਮੰਗਿਆ ਸੀ ਤੇ ਸਿੱਧਾ ਨਾ ਹੋ ਗਈ। ਓਹੋ ਹੈਰਾਨ ਹੋ, ਮੈਂ ਉਹਨਾਂ ਦੇ ਗਾਣਿਆਂ ਦੀ ਗੱਲ ਕਰ ਰਿਹਾ ਆ। ਉਹਨਾਂ ਦਾ ਗਾਣਾ ਆਇਆ ਜੀ ਮਿੱਤਰਾਂ ਨੇ ਦਿਲ ਮੰਗਿਆ, ਔਰ ਜਿਹਨੂੰ ਗਾਇਆ ਰਾਜ ਵੀ ਜਵਾਉਂਦਾ ਬਾਈ ਦੇ ਵਿੱਚ ਸਾਥ ਦਿੱਤਾ ਹੈ ਜੀ ਗੁਰਲੇਜ ਅਖਤਰ ਮੈਮ ਨੇ, ਗਾਣੇ ਨੂੰ ਲਿਖਿਆ ਜੀ ਨਰਿੰਦਰ ਪਾਠ ਨੇ ਤੇ ਮਿਊਜ਼ਿਕ ਕੀਤਾ ਹੈ ਜੀ ਦੇਸੀ ਗਰੂ ਨੇ ਤੇ ਪੂਰੀ ਫਿਲਮ ਤਿਆਰ ਕੀਤੀ ਹੈ ਜੀ ਬੀ ਟੁਗੈਦਰ ਪ੍ਰੋਸ ਨੇ ਤੇ ਗਾਣਾ ਰਿਲੀਜ਼ ਕੀਤਾ ਗਿਆ ਜੀ ਜੋਸ ਰੈਕਰਡਸ ਵੱਲੋਂ। ਇਹ ਗਾਣਾ ਸੁਣਨ ਤੋਂ ਬਾਅਦ ਲੱਕੀ ਜੱਟ ਇੱਕ ਗੱਲ ਤਾਂ ਹੁਣ ਸਿੱਧੀ ਸਿੱਧੀ ਸਮਝ ਆ ਹੀ ਗਈ ਆ ਕਿ ਜੇ ਪੈਸੇ ਮੰਗਣ ਗਿਆ ਹੀ ਸੀ ਤੇ ਪੈਸੇ ਚਾਹੀਦੇ ਸੀ ਤੇ ਚਾਚੀ ਸਾਹਮਣੇ ਕਿਉਂ ਮੰਗ ਰਿਹਾ ਸੀ। ਮੈਨੂੰ ਲੱਗਦਾ ਚਾਚਾ ਜੀ ਨੇ ਤਾਂ ਹੀ ਮਨਾ ਕੀਤਾ ਆ, ਜੇ ਕਿਤੇ ਚਾਚੀ ਜੀ ਨਾ ਬੈਠੇ ਹੁੰਦੇ ਨਾ ਉਹ ਫਿਰ ਤਾਂ ਪੈਸੇ ਮਿਲ ਜਾਣੇ ਸੀ, ਨਾਲੇ ਚਾਚਾ ਜੀ ਏਦਾਂ ਏਦਾਂ ਵੀ ਤਾਂ ਕਰ ਹੀ ਰਹੇ ਸੀਗੇ। ਮੈਂ ਤਾਂ ਸਮਝ ਰਿਹਾ ਸੀ ਕਿ ਅੱਖਾਂ ਦੇ ਵਿੱਚ ਕੁਝ ਪੈ ਗਿਆ, ਕੋਈ ਗੱਲ ਨੀ ਦੁਬਾਰਾ ਮੰਗਣ ਜਾਊਂਗਾ, ਪਰ ਹੁਣ ਜਾਊਂਗਾ ਵੀ ਕਿੱਦਾਂ, ਇੰਨਾ ਕੁਛ ਤਾਂ ਮੈਂ ਚਾਚਾ ਜੀ ਖਿਲਾਫ਼ ਬੋਲ ਦਿੱਤਾ ਆ। ਕੋਈ ਗੱਲ ਨੀ, ਕੋਈ ਨਾ ਕੋਈ ਹਿੱਲਾ ਵਸੀਲਾ ਕੱਢ ਹੀ ਲੈਣਾ, ਬਾਕੀ ਤੁਸੀਂ ਗਾਣਾ ਸੁਣੋ, ਸ਼ੇਅਰ ਕਰੋ, ਲਾਈਕ ਕਰੋ, ਕਮੈਂਟ ਕਰੋ ਤੇ ਗੱਡੀਆਂ ਦੇ ਵਿੱਚ ਵੀ ਚਲਾਓ, ਮੈਂ ਵੀ ਚੱਲਦਾ ਕਿਉਂਕਿ ਸੋਚਣਾ ਵੀ ਤਾਂ ਹੈ ਕਰਨਾ ਕੀ ਹੈ।